ਜੀ ਅਸਲਾਮ ਵਾਲੇਕੁਮ। 5-6 ਦੀ ਨਾਲੀ ਅਤੇ 7.5 ਹਾਰਸ ਪਾਵਰ ਦੀ ਮੋਟਰ ਚਲਾ ਰਹੇ ਹਾਂ ਔਰ 12 ਸੋਲਰ ਪਲੇਟਾਂ ਨੇ। ਇਸ ਤੋਂ ਪਹਿਲੇ ਅਸੀਂ 4 ਦੀ ਡਿਲੀਵਰੀ ਚਲਾ ਰਹੇ ਸੀ। ਆ ਦੇਖ ਰਹੇ ਹੋ ਕਿ ਕਾਰੀਗਰ ਸੈੱਟ ਕਰ ਰਹੇ ਨੇ। ਪਹਿਲਾ ਜਿਹੜਾ ਇਨਵਰਟਰ ਆਇਆ ਸੀ ਉਹ ਸਾਡੇ ਕੋਲ ਆਇਆ ਸੀ 5-7 ਦਾ, ਹੁਣ ਇਹ 7-11 ਦਾ ਇਨਵਰਟਰ ਜਨਾਬ ਅਸਾਂ ਇਸਤੇਮਾਲ ਕਰ ਰਹੇ ਹਾਂ ਅਤੇ ਇਹਦਾ ਬਹੁਤ ਅੱਛਾ ਰਿਜ਼ਲਟ ਹੈ, ਬਹੁਤ ਜ਼ਬਰਦਸਤ ਹੈ। 5-6 ਦੀ ਨਾਲੀ 'ਤੇ ਬਹੁਤ ਅੱਛਾ ਰਿਜ਼ਲਟ ਹੈ। ਇਹ 5-7 ਤੋਂ ਪਹਿਲੇ ਇਸਤੇਮਾਲ ਕਰਦੇ ਰਹੇ ਹਾਂ, ਇਹ 10 ਪਲੇਟਾਂ ਤੱਕ ਚਲਾਉਂਦਾ ਰਿਹਾ, ਲੇਕਿਨ ਉਹ ਚੱਸ ਨਹੀਂ ਹੈ ਜਿਹੜੀ ਚੱਸ ਹੈ ਨਾ 7-11 ਦੇ ਇਨਵਰਟਰ ਦੇ ਵਿੱਚ। 7.5 ਹਾਰਸ ਪਾਵਰ ਦੀ ਮੋਟਰ ਲਈ ਹੈ ਜਨਾਬ, ਟੈਕੋ ਕੰਪਨੀ ਦੀ ਹੈ, ਅੱਛੀ ਕੰਪਨੀ ਦੀ ਹੈ। ਜਦੋਂ ਵੀ ਮੋਟਰ ਡਿਸਾਈਡ ਕਰੋ ਅੱਛੀ ਕੰਪਨੀ ਦੀ ਲਓ। ਔਰ ਸੋਲਰ ਪਲੇਟਾਂ ਜਿਹੜੀ ਨੇ ਜਿਨਕੋ ਕੰਪਨੀ ਦੀਆਂ ਨੇ ਜਨਾਬ, 555 ਵਾਟ ਦੀ ਸੋਲਰ ਪਲੇਟ ਹੈ। ਇਹ ਤੁਸੀਂ ਦੇਖ ਰਹੇ ਹੋ 2 ਫਰੇਮ ਬਣਾਏ ਹੋਏ ਨੇ, ਬਹੁਤ ਹੀ ਜ਼ਬਰਦਸਤ ਸੈਟਅਪ ਹੈ ਜਨਾਬ। ਇਸ ਤਰ੍ਹਾਂ ਦਾ ਸੈਟਅਪ ਹੋਣਾ ਚਾਹੀਦਾ ਹੈ ਛੋਟੇ ਕਿਸਾਨ ਕਣ।